ਅਸਲਾਮ ਅਲੈਕੁਮ ਦੋਸਤੋ, ਅੱਜ ਤੁਹਾਨੂੰ ਅਸੀਂ ਆਪਣਾ ਛੋਟਾ ਟੈਲੈਂਟ ਦਿਖਾਉਣਾ। ਕੀ ਨਾਮ ਤੇਰਾ? ਅਲੀ ਹੈਦ। ਤੇਰਾ ਨਾਮ? ਫਾਹਦ। ਨਾਜ਼ਰੀਨ ਨਾਜ਼ਰੀਨ, ਇਹਨਾਂ ਦੀ ਜੁਗਤ ਬਾਜ਼ੀ ਅੱਜ ਆਪਸ ਚ, ਤੇ ਚਲੋ ਸ਼ੁਰੂ ਕਰਦੇ ਹਾਂ। ਪਹਿਲੀ ਜੁਗਤ ਕਰੇਗਾ ਨਹੀਂ ਸੋਚ ਲੱਗਾ ਠੀਕ ਆ ਖੰਭੇ ਤੇ ਲਿਖਿਆ ਹੁੰਦਾ ਈਦ ਮੁਬਾਰਕ। ਈਦ ਮੁਬਾਰਕ ਜੁੱਪੀ ਪਾ ਕਹਿੰਦਾ ਖੈਰ ਮੁਬਾਰਕ। ਇਹਨਾਂ ਦਾ ਘਰ ਏਡਾ ਵੱਡਾ ਹੁੰਦਾ ਤੇ ਡਿਸ਼ ਲੱਗੀ ਤੇ ਇੰਜ ਲੱਗਦਾ ਜਿਵੇਂ ਸਮਾਂ ਦੀ ਗੱਡੀ ਆਈ ਹੁੰਦੀ। ਥੱਲੇ ਆ ਜਾ, ਚੱਲ ਵੀ ਅਲੀ ਆ ਅਗਰਬੱਤੀਆਂ ਲਾ ਕਹਿੰਦਾ ਯਾਲਾ ਨੀ ਬਖਸ਼ ਮੁਰਦਾ ਉੱਠ ਕੇ ਚੰਡ ਮਾਰਦੇ ਤਿੰਦਾ ਮੈਨੂੰ ਦੋਤੇ ਦਵਾਣੇ ਯਾਰ, ਤਾਲੀਆਂ ਤੇ ਮਾਰਿਆ ਕਰੋ ਸਹੀ ਜੁਗਤ ਤੇ। ਸ਼ੀਸ਼ੇ ਤੋੜ ਤੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਮੈਂ ਸੁਰਮਾ ਖਾ ਲਿਆ। ਸੱਤਵੀਂ ਮੰਜ਼ਿਲ ਤੇ ਹੁੰਦਾ ਤੇ ਨਾ ਥੱਲੇ ਨਾ ਫਕੀਰ ਆਉਂਦਾ ਕੇ ਕਿ ਫਕੀਰ ਕਹਿੰਦਾ ਅੱਲਾ ਤਾਲਾ ਦਾ ਕੁਛ ਦੇ। ਕਹਿੰਦਾ ਉੱਤੇ ਆਪੇ ਆਉਂਦਾ ਕਹਿੰਦਾ ਅੱਲਾ ਭਲਾ। ਚੱਲ ਵੀ ਏਡਾ ਪਾਗਲ ਇਹਦੇ ਘਰ ਫਕੀਰ ਆ ਜਾਂਦਾ। ਉਹ ਕਹਿੰਦਾ ਅੱਲਾ ਦੇ ਨਾਂ ਤੇ ਕੁਛ ਦੇ, ਸਾਈਕਲੀ ਤੇ ਝੂਟੇ ਨੇ। ਇਹਨਾਂ ਘਰ ਮੰਗਣ ਵਾਲਾ ਜਾਂਦਾ, ਕਹਿੰਦਾ ਅੱਲਾ ਦੇ ਨਾਂ ਤੇ ਕੁਛ ਦੇ। ਕਹਿੰਦਾ ਕੱਲ ਦਾ ਸਾਲ ਲੈਣਾ। ਕਹਿੰਦਾ ਹਾਂ। ਕਹਿੰਦਾ ਫਿਰ ਕੱਲ ਨੀ ਹੋਏ। ਇਹਨਾਂ ਘਰ ਮੰਗਣ ਵਾਲਾ ਆ ਜਾਂਦਾ ਜੇ ਕਹਿੰਦਾ ਅੱਲਾ ਦੇ ਨਾਂ ਤੇ ਕੁਛ ਦੇ ਦੋ। ਜੇ ਕਹਿੰਦਾ ਕਿਉਂ ਆਪਣੇ ਵਾਰ ਦਿੱਤਾ ਸੀ? ਚੱਲ ਅਲੀ ਭਾਈ ਤਬਰਸਤਾਨ ਚ ਜਾ ਕੇ ਕਹਿੰਦਾ ਦਹੀਂ ਭੱਲੇ ਮੁਰਦਾ ਉੱਠ ਤੇ ਚੰਡ ਮਾਰਦੇ ਤਿੰਦਾ ਚੱਲ ਆਪਣੇ ਮਹੱਲੇ। ਸ਼ਾਬਾਸ਼ ਯਾਰ, ਬਹੁਤ ਅੱਛੇ ਅਲੀ। ਸੁਨੈਣ ਸਾਰੇ ਬੱਚਿਆਂ ਲਈ ਤਾਲੀਆਂ ਯਾਰ, ਬਹੁਤ ਅੱਛੇ। ਉਹ ਨਹੀਂ ਸਿੱਧਣੀ ਸੱਚ।